ਚਿਹਰੇ ਵਾਲੇ ਕਰ ਸੁਪਾਲਖਰ ਆ ਪਹੁੰਚੇ ਨੇ ਕਿਉਂਕਿ ਲਗਾਤਾਰ ਜਿਹੜੇ ਕਹਿ ਲਈਏ ਰਾਜਨੀਤਿਕ ਲੋਕ ਆ ਗਏ ਜਾਂ ਵਕ-ਵਕ ਦੂਜੇ ਸਟੇਟਾਂ ਤੋਂ ਵੀ ਜਿਹੜੇ ਲੋਕ ਪਹੁੰਚ ਰਹੇ ਸੁਪਾਲਖਰ ਆਈ ਖਾਸ ਤੌਰ ਤੇ ਪਹੁੰਚਣ ਗੱਲਬਾਤ ਕਰਦੇ ਆ ਖੈਰਾ ਸਾਹਿਬ ਅੱਜ ਆਇਓ ਪਰਿਵਾਰ ਨੂੰ ਮਿਲਣ ਵਾਸਤੇ ਕੀ ਕਹਿਣਾ ਜੀ ਬਸ ਇੱਕ ਵਾਰ ਸਾਡਾ ਵੈਸੇ ਦਿਲ ਕਰਦਾ ਸੀਗਾ ਕਿ ਇੱਕ ਵਾਰ ਸਾਰੇ ਪਰਿਵਾਰ ਦੇ ਨਾਲ ਬੈਠ ਕੇ ਇਹਨਾਂ ਦੇ ਨਾਲ ਜਿਹੜਾ ਇਹਨਾਂ ਦੇ ਨਾਲ ਜੋ ਬਹੁਤ ਇੱਕ ਦੁਖਦਾਈ ਭਾਣਾ ਜੋ ਵਾਪਰਿਆ ਉਹਨਾਂ ਨਾਲ ਚਰਚਾ ਕੀਤੀ ਆ ਬਹੁਤ ਗਹਿਰਾ ਜ਼ਖਮ ਆ ਉਹਨਾਂ ਦੇ ਤਾਂ ਚਲੋ ਵਿਚਾਰਿਆਂ ਤੇ ਹੈ ਹੀ ਹੈ ਸਾਡੇ ਸਾਰੇ ਸੂਬੇ ਸਾਡੀ ਕੌਮ ਤੇ ਬਹੁਤ ਵੱਡਾ ਦੁੱਖ ਆ ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਆਪਣੇ ਜਦੋਂ ਉਹਦਾ ਕਤਲ ਕੀਤਾ ਗਿਆ ਕਿ ਸਾਡੇ ਕੋਲੋਂ ਇੱਕ ਬਹੁਤ ਕੀਮਤੀ ਗਹਿਣਾ ਜਿੱਦਾਂ ਹੁੰਦਾ ਨਾ ਕਿਸੇ ਦਾ ਇਹ ਸਾਡਾ ਕੌਮ ਦਾ ਕੌਮੀ ਗਹਿਣਾ ਸੀਗਾ ਇਹ ਹੁਣ ਹਾਰ ਅ ਸੁਖਦੀਪ ਸਿੰਘ ਸਿੱਧੂ ਕਿਉਂਕਿ ਤੁਸੀਂ ਦੇਖੋ ਹੁਣ ਇਹਦਾ ਐਸ ਫਾਈਲ ਦਾ ਗੀਤ ਆ ਇਹਦੇ ਐਸ ਫਾਈਲ ਦੇ ਇੱਕ 3 4 4 3 4 ਮਿੰਟ ਦੇ ਗੀਤ ਵਿੱਚ ਇਹਨੇ ਉਹ ਸੁਣਾ ਦਿੱਤਾ ਸ਼ਾਇਦ ਸਾਡੀਆਂ ਦਹਾਕੇ ਬਦੀਆਂ ਸਾਡੇ ਲੀਡਰਸ ਨਹੀਂ ਲੋਕਾਂ ਨੂੰ ਮੋਟੀਵੇਟ ਕਰ ਸਕੇ ਸੋ ਇਸ ਤਰ੍ਹਾਂ ਦਾ ਐਸੈਟ ਰੋਜ਼ ਰੋਜ਼ ਨਿਤਨਿਤ ਨਹੀਂ ਜੰਮਦੇ ਇਹ ਸਾਡਾ ਜਿਹੜਾ ਘਾਟਾ ਹੁਣ ਉਹ ਘਾਟਾ ਤਾਂ ਨਹੀਂ ਹੋਣਾ ਪੂਰਾ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਔਰ ਜਿਹੜੀ ਵੀ ਕੋਈ ਤਹਿਕੀਕਾਤ ਚੱਲ ਰਹੀ ਹੈ ਅੱਜ ਮੈਂ ਅਖਬਾਰ ਪੜ੍ਹ ਰਿਹਾ ਸੀਗਾ ਕਿ 39 ਦਿਨ ਹੋ ਗਏ ਉਸ ਦੀ ਮੌਤ ਹੋਈ ਨੂੰ ਜਿਹੜੇ ਅਸਲ ਸ਼ੂਟਰਸ ਨੇ ਜਿਹੜੇ ਪੰਜਾਬ ਨਾਲ ਕਨੈਕਟਡ ਨੇ ਉਹ ਅੱਜ ਤੱਕ ਨਹੀਂ ਕਿਸ ਨੇ ਫੜੇਗੇ ਇਹਨਾਂ ਨੂੰ ਪਤਾ ਹੀ ਨਹੀਂਗਾ ਕਿ ਕੌਣ ਆ ਕਿਹੜੇ ਵੈਪਨ ਵਰਤੇ ਗਏ ਕਦੀ ਕਹਿ ਦਿੰਦੇ 100 ਕੇ 94 ਵਰਤੀ ਗਈ ਆ ਤੇ ਹੁਣ ਕਹਿੰਦੇ ਕੇ 1K 47 ਵਰਤੀ ਗਈ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਅਮਿਊਨੀਸ਼ਨ ਫਾਇਰ ਹੋਇਆ ਅਕਸਰ ਇਹ ਤਾਂ ਹੈ ਨਹੀਂਗਾ ਕਿ ਹਰ ਇੱਕ ਇੱਕ ਗੋਲੀ ਦੇ ਉੱਤੇ ਉਹਦਾ ਪਤਾ ਹੁੰਦਾ ਕਿ ਕਿੱਥੇ ਬਣੀ ਗੋਲੀ ਤੇ ਕਿੱਥੇ ਗਈ ਤੇ ਕਿੱਧਰੋਂ ਆਈ ਆ ਸੋ ਸਾਨੂੰ ਪੰਜਾਬ ਦੇ ਲੋਕਾਂ ਨੂੰ ਔਰ ਜਿਹੜੇ ਦੁਨੀਆ ਭਰ ਚ ਬੈਠੇ ਹਤੇਸ਼ੀ ਨੇ ਪੰਜਾਬ ਦੇ ਹਤੇਸ਼ੀਆਂ ਚਲੋ ਜਿਹੜੇ ਸਾਡੇ ਹੋਣ ਆ ਰਹੇ ਇਸ ਬੱਚੇ ਦੇ ਹਤੇਸ਼ੀ ਉਹਨਾਂ ਦੇ ਮਨ ਵਿੱਚ ਹਲੇ ਡਿਸਸੈਟੀਸਫੈਕਸ਼ਨ ਹੈ ਇੱਕ ਸੁਭਾਵਾ ਕਿ ਇਨਸਾਫ ਨਹੀਂ ਹੋ ਰਿਹਾ ਔਰ ਲੋਕਾਂ ਦੀਆਂ ਭਾਵਨਾਵਾਂ ਠੰਡੀਆਂ ਨਹੀਂ ਹੋ ਰਹੀਆਂ ਇਸ ਲਈ ਮੇਰੀ ਤਾਂ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਇਹਦੇ ਤੇ ਬਹੁਤ ਜ਼ਿਆਦਾ ਫੋਕਸ ਕਰਨ ਇਹ ਨਹੀਂ ਹੈਗਾ ਕਿ ਇੱਕ ਕਤਲ ਹੋ ਗਿਆ ਤੇ ਇੱਕ ਗੱਲ ਮੁੱਕ ਗਈ ਇਹ ਚੈਪਟਰ ਬੰਦ ਨਹੀਂ ਹੋਇਆ ਉਹਦਾ ਹਲੇ ਬਹੁਤ ਜਿਹੜਾ ਉਹਨੇ ਜਿਹੜੇ ਉਹਦੇ ਚ ਹੋਨਰ ਸਿਗਾ ਉਹਦੇ ਹੋਰ ਬਹੁਤ ਸਾਰੇ ਗੀਤ ਨੇ ਪੰਜਾਬ ਦੇ ਮੁਤਲਕ ਸੰਬੰਧਿਤ ਸਾਡੀ ਸਾਡੀ ਖੂਨ ਦੇ ਮੁਤਲਕ ਸਾਡੇ ਅ ਅਧਿਕਾਰਾਂ ਦੇ ਮੁਤਲਕ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਆਉਣਗੇ ਪਰ ਮੈਂ ਇਹ ਸਮਝਦਾ ਕਿ ਸਿਰਫ ਜਿਹੜਾ ਔਰ ਦੁੱਖ ਦੀ ਗੱਲ ਹੈ ਕਿ ਜਿਹੜੇ ਸਾਡੇ ਐਸਵਾਈਐਲ ਦਾ ਗੀਤ ਹੈ ਉਹਨੂੰ ਬੈਨ ਕੀਤਾ ਗਿਆ ਔਰ ਇਸ ਨੂੰ ਮੈਂ ਵਿਧਾਨ ਸਭਾ ਦੇ ਵਿੱਚ ਬਹੁਤ ਜ਼ੋਰ ਨਾਲ ਉਠਾਇਆ ਭਗਵੰਤ ਸਿੰਘ ਮਾਨ ਨੇ ਮੇਰੇ ਨਾਲ ਇਕਨੋਲਜ ਕੀਤਾ ਕਿ ਜਿੱਦਨ ਅਸੀਂ ਮਤੇ ਪਾਸ ਕਰਾਂਗੇ 30 ਤਾਰੀਖ ਨੂੰ 30 ਜੂਨ ਨੂੰ ਅਸੀਂ ਉਹਦੇ ਵਿੱਚ ਇਸ ਦਾ ਵਿਰੋਧ ਕਰਾਂਗੇ ਕੇਂਦਰ ਸਰਕਾਰ ਦੇ ਖਿਲਾਫ ਮਤਾ ਪਾਸ ਕਰਾਂਗੇ ਕਿ ਐਸਵਾਈਲ ਦਾ ਗੀਤ ਜਿਹੜਾ YouTube ਤੇ ਬੈਨ ਕਰਵਾਇਆ BJP ਗਵਰਨਮੈਂਟ ਨੇ ਗਲਤ ਆ ਸੋ ਮੈਂ ਇਹ ਸਮਝਦਾ ਹਾਂ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਬੜਾ ਉਹਦਾ ਅਫਸੋਸ ਆ ਔਰ ਉਸੇ ਅਫਸੋਸ ਨੂੰ ਅਸੀਂ ਪਰਿਵਾਰ ਦੇ ਨਾਲ ਉਹਦੇ ਮਾਤਾ ਪਿਤਾ ਨਾਲ ਬੈਠੇ ਆ ਅ ਦੁੱਖ ਵਡਾਇਆ ਥੋੜਾ ਬਹੁਤਾ ਕਿਸੇ ਨਾ ਕਿਸੇ ਢੰਗ ਜਿੱਦਾ ਪੰਜਾਬ ਦੇ ਵਿੱਚ ਫਰਚੂ ਗੈਰ ਪੰਜਾਬੀਆਂ ਨੇ ਬੱਚਿਆਂ ਨੇ ਔਰ ਮੈਂ ਸੁਣ ਰਿਹਾ ਸੀਗਾ ਜਿਹੜਾ ਵਜਿੰਦਰ ਬੌਕਸਰ ਆ ਉਹਦੀ ਦਾਤ ਦੇਣੀ ਬਣਦੀ ਆ ਕਿ ਉਹਦਾ ਹਰਿਆਣੇ ਦਾ ਹੋਣ ਦੇ ਬਾਅਦ ਵੀ ਉਹਨੇ ਇਸ ਗੀਤ ਦੀ ਅਹਿਮੀਅਤ ਨੂੰ ਸਮਝ ਕੇ ਔਰ ਸਾਡੇ ਪੰਜਾਬ ਦੇ ਹਤਿਆ ਸਿੱਧੂ ਮੂਸੇਵਾਲੇ ਨੂੰ ਡਿਫੈਂਡ ਕੀਤਾ ਸੋ ਇਹ ਸਾਰੀਆਂ ਚਰਚਾਵਾਂ ਕੀਤੀਆਂ ਜੀ ਤੁਸੀਂ ਪਰਿਵਾਰ ਨੂੰ ਮਿਲਿਓ ਕੋਈ ਇਨਸਾਫ ਦੀ ਗੱਲ ਹੋਈ ਉਹਨਾਂ ਨੇ ਕਿਹਾ ਵੀ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਮਨ ਵਿੱਚ ਰੰਜ ਹੈ ਜੀ ਬਹੁਤ ਉਹਨਾਂ ਨੂੰ ਐ ਲੱਗ ਰਿਹਾ ਵਾ ਕਿ ਜਿੱਦਾਂ ਇਹ ਸਾਰੀ ਜਿਹੜੀ ਤਹਿਕੀਕਾਤ ਕੀਤੀ ਜਾ ਰਹੀ ਹੈ ਇਸ ਨੂੰ ਜਿਹੜੇ ਅਸਲ ਮੁਜਰਮ ਨੇ ਉਹ ਫੜੇ ਨਹੀਂ ਜਾ ਰਹੇ ਉਹਨਾਂ ਦੇ ਹਿਰਦੇ ਸ਼ਾਂਤ ਉਦਣ ਹੋਣਗੇ ਜਿਸ ਦਿਨ ਸਹੀ ਗੁਨਾਹਗਾਰ ਕਾਤਲ ਜਿਹੜੇ ਨੇ ਸਮੇਤ ਹਥਿਆਰਾਂ ਦੇ ਸਰਕਾਰਾਂ ਅੰਦਰ ਦੇਣਗੇ ਇਹਰ ਵੀ ਮਾਮਲੇ ਦੇ ਵਿੱਚ ਮੋਗਾ ਦੀ ਅਦਾਲਤ ਨੇ ਤਿੰਨ ਬੰਦੇ ਨੂੰ ਦੋਸ਼ੀ ਕਰਾ ਲਿਆ। ਕਿਹਾ ਜੀ ਤੁਸੀਂ ਵੀ ਉਪਰ ਗਾੜੀ ਜਾ ਰਹੇ ਹੋ। ਅੱਜ ਮੈਂ ਜਾ ਰਹੇ ਹਾਂ ਜੀ ਕਿ ਜਿਹੜੀ ਐਸਆਈਟੀ ਆ ਨਾ ਇਹ ਬਿਲਕੁਲ ਪ੍ਰਵਾਨ ਨਹੀਂ ਇਹ ਰਿਜੈਕਟ ਕਰਦੀ ਰਿਪੋਰਟ ਸਾਰੀ ਕਾਮ ਨੇ। ਜਿਹੜਾ ਇਹ ਕਹਿੰਦੇ ਕਿ ਅਸੀਂ ਫਾਈਨਲ ਰਿਪੋਰਟ ਦੇਤੀ ਆ ਅਸਲ ਬੰਦੇ ਨਾਮਜ਼ਦ ਕਰ ਦਿੱਤੇ ਆ। ਬਹੁਤ ਸਾਰੇ ਤੱਥ ਨੇ ਮੈਂ ਬਰਗਾੜੀ ਜਾ ਕੇ ਦੱਸਾਂਗਾ। ਲੇਕਿਨ ਇਹ ਰਿਪੋਰਟ ਜਦ ਤੱਕ ਅਸਲ ਗੁਨਾਹਗਾਰ ਜਦ ਤੱਕ ਉਹਨਾਂ ਨੂੰ ਨਹੀਂ ਫੜਿਆ ਜਾਂਦਾ ਜਾਂ ਉਹਨਾਂ ਦੇ ਉੱਤੇ ਉਹਨਾਂ ਨੂੰ ਨਾਮਜ਼ਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਬੇਅਦਬੀਆਂ ਦੇ ਮਸਲੇ ਦੇ ਉੱਤੇ ਇਹ ਰਿਪੋਰਟ ਪ੍ਰਵਾਨ ਚੰਦ ਬੰਦਿਆਂ ਨੂੰ ਸਜ਼ਾ ਹੋਈ ਏ ਕੁਝ ਵੀ ਨਹੀਂ ਥਿਸ ਇਜ਼ ਅੰਗਰੇਜ਼ੀ ਚ ਕਹਿੰਦੇ ਨੇ ਟਿਪ ਆਫ ਦੀ ਆਈਸਬਰਗ ਇਹ ਬਹੁਤ ਵੱਡਾ ਗੁਨਾਹ ਆ ਜਦ ਤੱਕ ਇਸ ਗੁਨਾਹ ਇਹ ਗੁਨਾਹਗਾਰਾਂ ਨੂੰ ਪੂਰੀ ਪੂਰਨ ਤੌਰ ਤੇ ਸਜ਼ਾ ਨਹੀਂ ਮਿਲੇਗੀ ਇਹ ਗੁਰੂ ਨਾਨਕ ਨਾਮ ਲੇਵਾ ਦੇ ਹਿਰਦੇ ਜਿਹੜੇ ਉਹ ਸ਼ਾਂਤ ਨਹੀਂ ਹੋਣ ਗੁਰਗਰਾਹ ਗਰੁੱਪ ਨੇ ਜਗਿੰਦਰ ਗਾਹਰ ਨੂੰ ਐਸਬੀਐਲ ਬੋਲਣ ਤੇ ਇਨਕਾਰ ਕਰ ਦਿੱਤਾ ਚਲੋ ਇਹ ਉਹਨਾਂ ਦੀ ਆਪਣੀ ਇੱਛਾ ਨਾ ਜੀ ਉਹ ਇੱਕ ਜੱਥੇਬੰਦੀ ਆ ਉਹ ਆਪਣੇ ਜੱਥੇਬੰਦੀ ਦੇ ਦੇਰੇ ਵਿੱਚ ਜੋ ਵੀ ਕਰਦੇ ਨੇ ਠੀਕ ਆ ਉਹਨਾਂ ਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਐਸਐਲ ਤੇ ਕੀ ਨਹੀਂ ਕਹਿਣਾ ਚਾਹੁੰਦੇ ਉਹ ਉਹਨਾਂ ਦਾ ਅਪਰਾਧ ਅਧਿਕਾਰ ਖੇਤਰ ਆ ਪਰ ਹਾਂ ਇੱਕ ਗੱਲ ਯਾਦ ਰੱਖੋ ਕਿ ਜਿੱਥੇ ਅਸੀਂ ਖੜੇ ਆ ਪਿੱਛੇ ਉਹਦੀ ਮੂਸੇਵਾਲੇ ਦੀ ਹਵੇਲੀ ਆ ਇਹ ਹੁਣ ਪੰਜਾਬ ਦੇ ਲੋਕਾਂ ਦੇ ਮੋਢਿਆਂ ਤੇ ਕਿ ਇੱਕ ਵੀ ਬੂੰਦ ਪੰਜਾਬ ਦਾ ਬਾਹਰ ਨਹੀਂ ਜਾਣਦੀ ਆ ਸੋਇਸਨ ਸੁਖਪਾਲ ਕਰਾ ਜਿਹੜੇ ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਆ ਸੇ ਪਹੁੰਚਾ ਤਾਂ ਕਹਿ ਦਈਏ ਕਿ ਸਿੱਧੇ ਤੌਰ ਤੇ ਕਹੀਏ ਤਾਂ ਕਿ ਪਰਿਵਾਰ ਵੀ ਹਜੇ ਉਹਨਾਂ ਦੇ ਮਨ 'ਚ ਰੰਜ ਹੈਗਾ ਕਿ ਜਿਹੜੇ ਅਸਲ ਦੋਸ਼ੀ ਹੈਗੇ ਉਹ ਨਹੀਂ ਫੜੇਗਾ ਕੈਮਰਾਮੈਨ ਗੁਰਵੰਦਰ ਦੇ ਨਾਲ ਅਮਿਤ ਸ਼ਰਮਾ ਡੇਲੀ ਪੋਸ ਪੰਜਾਬੀ ਪਿੰਡ ਮੂਸਾ